ਕਿੰਨੇ ਕਿੰਨੇ ਕੁ ਪੈਸਿਆਂ ਦਾ ਜਿਹੜਾ ਨਸ਼ਾ ਫਿਰ ਖਾ ਪੀ ਗਿਆ? ਮੈਂ ਜੀ 60-70 ਲੱਖ ਰੁਪਏ ਦਾ ਨਸ਼ਾ ਖਾ ਗਿਆ ਹੋਊਂਗਾ ਆਪਣੀ ਲਾਈਫ ਦੇ ਵਿੱਚ। ਅਤੇ ਉਹ ਮੇਰਾ ਸਾਰਾ ਕਰਜ਼ੇ ਡੁੱਬ ਗਿਆ ਸੀਗਾ, ਕਰਜ਼ੇ ਡੁੱਬਣ ਕਰਕੇ ਵਿਆਜ ਪੈਂਦਾ ਸੀਗਾ, ਤਾਂ ਉਹਨਾਂ ਨੇ ਘਰ ਵੀ ਵੇਚਤਾ। ਤਾਂ ਸ਼ਹਿਰ ਦੇ ਵਿੱਚ ਇੰਨੇ ਕੁ ਬਦਨਾਮ ਹੋ ਗਏ ਸੀਗੇ, ਤਾਂ ਪੁਲਿਸ ਵਾਲੇ ਵੀ 10 ਨੰਬਰੀ 'ਚ ਪਾਤਾ ਸੀ, ਨਾ ਕੋਈ ਵੀ ਗੱਲਬਾਤ ਹੋਣੀ ਵੀ ਜਾਓ ਉਹਨੂੰ ਚੱਕ ਲਿਓ। ਜੇਲ੍ਹ 'ਚ ਵੀ ਨਸ਼ਾ ਕਰਦਾ ਰਿਹਾ, ਚੰਡੀਗੜ੍ਹ ਬਲੈਕ ਜੇਲ੍ਹ ਕੱਟੀ ਮੈਂ, ਲੁਧਿਆਣੇ ਜੇਲ੍ਹ ਕੱਟੀ, ਬਠਿੰਡਾ ਜੇਲ੍ਹ ਕੱਟੀ, ਬਰਨਾਲੇ ਜੇਲ੍ਹ ਕੱਟੀ ਮੈਂ। ਤਾਂ ਉੱਥੇ ਜੇਲ੍ਹਾਂ 'ਚ ਵੀ ਲਗਭਗ ਮੈਂ ਇਕੱਲੀ ਬਠਿੰਡਾ ਜੇਲ੍ਹ ਨੂੰ ਛੱਡ ਕੇ ਉੱਥੇ ਮੈਂ ਦਿਨ ਥੋੜ੍ਹੇ ਲੱਗੇ ਸੀਗੇ, ਸਾਰੀਆਂ ਜੇਲ੍ਹਾਂ 'ਚ ਮੈਂ ਨਸ਼ਾ ਕਰਦਾ ਰਿਹਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਚਾਹੇ ਘਰ ਦੇ ਲਾ ਲੈਣ, ਚਾਹੇ ਸਰਕਾਰਾਂ ਲਾ ਲਏ, ਚਾਹੇ ਪੁਲਿਸ ਲਾ ਲਏ, ਨਹੀਂ ਛੱਡ ਸਕਦਾ। ਮੈਨੂੰ ਬਥੇਰਾ ਜ਼ੋਰ ਲਾਇਆ ਘਰਦਿਆਂ ਨੇ, ਮੈਨੂੰ 15 ਵਾਰ ਤਾਂ ਸੈਂਟਰ 'ਤੇ ਭੇਜਤਾ ਹੋਊਗਾ, ਮੈਂ ਨਹੀਂ ਛੱਡਿਆ। ਜਦ ਮੇਰੇ ਮਨ ਨੂੰ ਲੱਗਿਆ ਵੀ ਹਾਂ ਯਾਰ ਛੱਡਣਾ ਚਾਹੀਦਾ, ਵੀ ਇਦੋਂ ਬਾਅਦ ਮੇਰੀ ਮੌਤ ਹੈ, ਮੈਂ ਫਿਰ ਛੱਡਿਆ ਜੀ। ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਜਗਦੀਸ਼ ਬਾਂਸਲ। ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਆਪਾਂ ਸਾਰੇ ਜਾਣਦੇ ਹਾਂ ਵਗ ਰਿਹਾ। ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਦੀ ਜਾ ਰਹੀ ਹੈ। ਹਜ਼ਾਰਾਂ ਹੀ ਨੌਜਵਾਨ ਨੇ ਜਿਹੜੇ ਇਸ ਨਸ਼ਿਆਂ ਦੇ ਮੌਤ ਰੂਪੀ ਦਰਿਆ ਦੇ ਵਿੱਚ ਫਸ ਚੁੱਕੇ ਨੇ ਅਤੇ ਹਜ਼ਾਰਾਂ ਹੀ ਜਿਹੜੇ ਨਵੇਂ ਨੌਜਵਾਨ ਨਿਤ ਦਿਨ ਫਸਦੇ ਜਾ ਰਹੇ ਨੇ। ਬਹੁਤ ਘੱਟ ਨੌਜਵਾਨ ਹੁੰਦੇ ਨੇ ਜਿਹੜੇ ਇਸ ਮੌਤ ਰੂਪੀ ਦਰਿਆ ਦੇ ਵਿੱਚੋਂ ਬਾਹਰ ਨਿਕਲ ਕੇ ਦੁਬਾਰੇ ਫਿਰ 5 ਦਰਿਆਵਾਂ ਦੀ ਧਰਤੀ ਦੇ ਉੱਤੇ ਜ਼ਿੰਦਗੀ ਜਿਉਣ ਲਈ ਆ ਜਾਂਦੇ ਨੇ। ਵਿੱਕੀ ਇੱਕ ਨੌਜਵਾਨ ਅਜਿਹਾ ਜਿਹੜਾ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਕੇ ਮੁੜ ਫਿਰ 5 ਦਰਿਆਵਾਂ ਦੀ ਧਰਤੀ ਦੇ ਉੱਤੇ ਜ਼ਿੰਦਗੀ ਜਿਉਣ ਦੇ ਲਈ ਵਾਪਸ ਆਇਆ। ਵਿੱਕੀ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਵਿੱਕੀ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਜਿਹੜੇ ਆਪਾਂ ਨਸ਼ਿਆਂ ਦੀ ਆਪਾਂ ਗੱਲ ਸ਼ੁਰੂ ਕੀਤੀ ਹੈ, ਹਨਾ, ਦੀ ਸ਼ੁਰੂਆਤ ਕਿੱਥੋਂ ਹੋਈ ਅਤੇ ਕਿਵੇਂ ਹੋਈ ਸੀਗੀ? ਸ਼ੁਰੂਆਤ ਤਾਂ ਬਹੁਤ ਟਾਈਮ ਪਹਿਲਾਂ ਹੋ ਗਈ ਸੀ ਜੀ, ਲਗਭਗ 25-26 ਸਾਲ ਹੋ ਗਏ ਜ਼ਿੰਦਗੀ 'ਚ ਉਦੋਂ ਸ਼ੁਰੂਆਤ ਹੋ ਗਈ ਸੀਗੀ। ਮੈਂ ਕਾਲਜ ਟਾਈਮ ਸੀ, ਜਿੰਮ ਲਾਉਂਦਾ ਹੁੰਦਾ ਸੀਗਾ, ਉਦੋਂ ਨਸ਼ਿਆਂ ਦੀ ਸ਼ੁਰੂਆਤ ਹੋ ਗਈ ਸੀ ਮੇਰੀ ਲਾਈਫ 'ਚ ਜੀ। ਸਟਾਰਟਿੰਗ ਹੋਈ ਜਿੱਦਾਂ ਸਾਰੇ ਅਮਲੀ ਕਰਦੇ ਨੇ ਵੀ ਸੈਕਟ ਤੋਂ, ਫੀਮ ਤੋਂ, ਭੁੱਕੀ ਤੋਂ, ਸ਼ੀਸ਼ੀ ਤੋਂ, ਉੱਦਾਂ ਹੀ ਮੇਰੀ ਲਾਈਫ 'ਚ ਨਸ਼ਾ ਆਇਆ। ਤਾਂ ਮੈਂ ਸਟਾਰਟਿੰਗ 1-2 ਸਾਲ ਇੱਦਾਂ ਹੀ ਕਦੇ ਸ਼ੀਸ਼ੀ ਪੀ ਲਈ, ਕਦੇ ਫੀਮ ਖਾ ਲਈ, ਕਦੇ ਭੁੱਕੀ ਖਾ ਲਈ, ਕਦੇ ਕਾਮਲੀ ਖਾ ਲਈ, ਇੱਦਾਂ ਹੀ ਮੈਂ ਕਰਦਾ ਰਿਹਾ। 2 ਸਾਲ ਬਾਅਦ ਘਰਦਿਆਂ ਨੇ ਮੈਨੂੰ ਚੰਡੀਗੜ੍ਹ ਪੜ੍ਹਨ ਭੇਜਤਾ, ਉੱਥੇ ਵੀ ਯਾਨੀ ਕਿ ਸਟਾਰਟਿੰਗ ਮੇਰੀ ਇਹਨਾਂ ਨਸ਼ਿਆਂ 'ਤੇ ਹੋਈ। ਇਹ ਫਰੈਂਡ ਸਰਕਲ 'ਚੋਂ ਚੱਲਿਆ ਬਾਈ ਕੰਮ ਸਾਰਾ? ਹਾਂਜੀ ਹਾਂ, ਮੇਰੇ ਨਾ ਐਕਚੁਲੀ 1-2 ਫਰੈਂਡ ਸੀਗੇ ਜਿਹੜੇ ਇਹ ਕਰਦੇ ਸੀ ਨਸ਼ਾ। ਇੱਕ ਮੇਰੀ ਮਾਸੀ ਦਾ ਮੁੰਡਾ ਸੀਗਾ, ਉਹ ਵੀ ਬੜਾ ਮਸ਼ਹੂਰ ਸੀ ਆਪਦੇ ਟਾਈਮ ਨਸ਼ੇੜੀ ਮੰਨਿਆ ਹੋਇਆ। ਤਾਂ ਮੈਂ ਵੈਸੇ ਫਸਟ ਟਾਈਮ ਨਸ਼ਾ ਤਾਂ ਮੇਰੀ ਮਾਸੀ ਦੇ ਮੁੰਡੇ ਨਾਲ ਹੀ ਕੀਤਾ ਸੀਗਾ, ਮੈਨੂੰ ਉਹਨੇ ਕਰਾਇਆ ਸੀਗਾ ਫਸਟ ਟਾਈਮ, ਵੀ ਅਸੀਂ ਕਿਤੇ ਗਏ ਹੋਏ ਸੀਗੇ ਅਤੇ ਮੈਨੂੰ ਕਹਿੰਦਾ ਵੀ ਤੂੰ ਆਹ ਖਾ ਕੇ ਦੇਖ, ਕਹਿੰਦਾ ਫੀਮ ਖਾ ਕੇ ਦੇਖ। ਮਗਰ ਮੈਂ ਤਾਂ ਸੁਣਿਆ ਬੜੀ ਕੌੜੀ ਹੁੰਦੀ ਹੈ, ਉਹਨੇ ਮੈਨੂੰ ਅਖਬਾਰ 'ਚ ਰੱਖ ਕੇ ਦੇਤੀ, ਕਹਿੰਦਾ ਟਪਾਲਾ ਅੰਦਰ, ਮੋਹ ਟਪਾਲੀ। ਫਿਰ ਮੈਨੂੰ ਕਹਿੰਦਾ ਲੈ ਥੋੜ੍ਹੀ ਭੁੱਕੀ ਖਾ ਲੈ, ਮੈਂ ਉਹ ਖਾਧੀ, ਅੱਧਾ ਚਮਚਾ ਨੱਕ ਰਹੀ ਬਾਹਰ ਆ ਗਈ। ਅਤੇ ਮੈਨੂੰ ਕਹਿੰਦਾ ਚੰਗਾ ਫਿਰ ਐਂ ਕਰ, ਤੈਨੂੰ ਜੂਸ ਪਿਆਉਣਾ, ਕਹਿੰਦਾ ਮੈਂ। ਅਤੇ ਮੈਨੂੰ ਪਤਾ ਸੀ ਵੀ ਜੂਸ ਤਾਂ ਕੱਢਿਆ ਵੀ ਇਹ ਸ਼ੀਸ਼ੀ ਹੈ, ਕਿਉਂਕਿ ਮੈਂ ਦੇਖਦਾ ਉੱਥੇ ਰੋਜ਼ ਪੈਂਦੇ ਸੀ ਮੁੰਡੇ ਦੁਕਾਨ 'ਤੇ, ਤਾਂ ਵੀ ਇਹ ਪੀਂਦੇ ਨੇ ਗੇ, ਨਾਲ ਚਾਹ ਪੀਂਦੇ ਨੇ ਗੇ। ਮੈਂ ਕਿਹਾ ਇਹ ਤਾਂ ਟੌਣਕ ਹੈ ਗਈ, ਟੌਣਕ ਕਹਿ ਦਿੰਦੇ ਨਾ ਉਹਨਾਂ ਟਾਈਮਾਂ 'ਚ। ਕਹਿੰਦਾ ਹਾਂ ਉਹੀ ਹੈ। ਮੈਨੂੰ ਕਹਿੰਦਾ ਥੋੜ੍ਹੀ ਜਿਹੀ ਚੱਲ ਕੋਈ ਨਹੀਂ ਆਹ ਪੀ ਲੈ, ਤਾਂ ਉਹ ਮੈਂ ਸਟਾਰਟ ਕੀਤੀ ਉੱਥੋਂ। ਉਦੋਂ ਮੇਰੀ ਲਾਈਫ 'ਚ ਨਸ਼ਾ ਆ ਗਿਆ ਸੀਗਾ। ਡਰਿੰਕ ਡਰੁੰਕ ਪਹਿਲਾਂ ਮੈਂ ਕਦੇ ਵਿਆਹ ਸ਼ਾਦੀ ਕੋਈ ਫੰਕਸ਼ਨ ਹੁੰਦਾ ਤਦ ਅਸੀਂ ਕਰ ਲੈਂਦੇ ਸੀਗੇ, ਬਟ ਇਹ ਸਿਲਸਿਲਾ ਚੱਲਿਆ 1-2 ਸਾਲ ਚੱਲਿਆ, ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਅਸਲ ਬਰਬਾਦੀ ਮੇਰੀ ਸ਼ੁਰੂ ਹੋਈ ਚੰਡੀਗੜ੍ਹ ਤੋਂ। ਮਾਰੂ ਨਸ਼ੇ ਸੀ ਜਿਹੜੇ ਸਮੈਕ ਚਿੱਟੇ ਵਰਗੇ, ਇਹ ਚੰਡੀਗੜ੍ਹ ਜਾ ਕੇ? ਬਿਲਕੁਲ ਬਿਲਕੁਲ, ਇਹ ਨਸ਼ੇ ਜੋ ਆਏ ਨੇ ਮੇਰੀ ਲਾਈਫ 'ਚ ਨਾ, ਤਾਂ ਚੰਡੀਗੜ੍ਹ ਜਾ ਕੇ ਹੀ ਆਏ ਨੇ ਗੇ। ਚੰਡੀਗੜ੍ਹ ਵੀ ਮੈਨੂੰ 6 ਮਹੀਨੇ ਹੋ ਗਏ ਸੀਗੇ, ਉਹ ਤੱਕ ਨਹੀਂ ਆਏ ਸੀਗੇ, ਤਾਂ 1 ਸਾਲ ਬਾਅਦ ਇਹ ਨਸ਼ੇ ਮੇਰੀ ਲਾਈਫ 'ਚ ਆਏ ਨੇ ਗੇ। ਅਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਮੇਰੇ ਨਾਲ ਆਦੀ ਹੋ ਗਿਆ ਜਾਂ ਇਹ ਨਸ਼ੇ ਮੇਰੇ ਅੰਦਰ ਘਰ ਕਰ ਗਏ। ਹੌਲੀ ਹੌਲੀ ਮੈਨੂੰ ਉਸ ਚੀਜ਼ ਦੇ ਰਿਜ਼ਲਟ ਦੇਖਣੇ ਸ਼ੁਰੂ ਹੋ ਗਏ, ਕਿਉਂਕਿ ਮੈਂ ਗਲਤ ਰਾਹਾਂ 'ਤੇ ਹੋਰ ਪੈ ਗਿਆ, ਜਿਨ੍ਹਾਂ ਕਰਕੇ ਮੈਂ ਵੀ ਨਸ਼ਾ ਵੇਚਣਾ, ਚੋਰੀ ਕਰਨਾ ਹੈ ਨਾ ਸ਼ੁਰੂ ਹੋ ਗਿਆ। ਤਾਂ ਸਿਰਫ ਇਹ ਨਸ਼ਿਆਂ ਕਰਕੇ ਹੀ ਸੀਗਾ ਜੀ। ਜੀ ਖੁਦ ਵੀ ਵੇਚਦੇ ਰਹੇ, ਕੀ ਕਾਰਨ ਹੋਇਆ ਫਿਰ? ਹਾਂ ਜੀ, ਵੇਚਣਾ ਸ਼ੁਰੂ ਕਰਤਾ ਸੀਗਾ ਮੈਂ, ਤਾਂ ਕਾਰਨ ਉਹਦਾ ਇਹੀ ਸੀਗਾ ਵੀ ਕੋਈ ਮੈਂ ਮਹਿਲ ਤਾਂ ਪਾਉਣਾ ਨਹੀਂ ਸੀਗਾ, ਕਿਉਂਕਿ ਉਹ ਮਹਿੰਗਾ ਤਾਂ ਨਹੀਂ ਸੀਗਾ ਨਸ਼ਾ ਉਹਦਾ ਇੰਨਾ,
बट करनी इन्ना लग गए सी रोज़ का 4-5 हज़ार का नशा करन लग गए सीगे इन्ने उदों अफोर्ड नहीं करते सीगे भी 4-5 हज़ार भी आपां घरदिआं तों ले लईए उन्हां टाइमां दे विच 500 दी बड़ी कीमत हुंदी सी 5 हज़ार तां बड़ी वड्डी गल हैगी तां मेरे कोल इक्को ही ऑप्शन बचदी सी भी मैं ले आया करां भी जिन्नी कु मैनूं जरूरत आ मैं नशा कर लैंदा सी बाकी मैं बेच दिंदा सीगा जिन्ने कु पैसे पट्टे जांदे सीगे उहदे जाके फिर नशा लिया हुंदा सीगा जी। ਅਤੇ ਵਿੱਕੀ ਭਾਈ ਸਮਾਇਕ ਜਾਂ ਚਿੱਟਾ ਆਪਾਂ ਜਿਹੜੀ ਗੱਲ ਕਰਦੇ ਹਾਂ ਕਿੰਨਾ ਔਖਾ ਮਿਲਦਾ ਹੈ ਕਿ ਸੌਖਾ ਹੀ ਮਿਲ ਜਾਂਦਾ? ਨਹੀਂ ਉਹਨਾਂ ਟਾਈਮਾਂ 'ਚ ਪੰਜਾਬ 'ਚ ਤਾਂ ਵੀ ਜਿਵੇਂ ਮਾਨਸਾ ਮੈਂ ਰਹਿਣ ਵਾਲਾ ਮਾਨਸਾ ਬਠਿੰਡਾ ਬੁਲਾਡਾ ਇੱਧਰ ਏਰੀਏ 'ਚ ਕੋਈ ਪੀਂਦਾ ਹੀ ਨਹੀਂ ਸੀਗਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਤਾਂ ਵੀ ਸਮਾਇਕ ਨਾਂ ਦੀ ਕੀ ਚੀਜ਼ ਸ਼ਹਿ ਹੈਗੀ ਹੈ ਇਹ ਮਿਲਦਾ ਹੁੰਦਾ ਸੀ ਫਿਰੋਜ਼ਪੁਰ ਅੰਮ੍ਰਿਤਸਰ ਮੈਂ ਚੰਡੀਗੜ੍ਹ ਪੜ੍ਹਦਾ ਸੀ ਜਾਂ ਚੰਡੀਗੜ੍ਹ ਮਿਲਦਾ ਸੀਗਾ ਜੀ ਚੰਡੀਗੜ੍ਹ ਦੇ ਲਾਗੇ ਸ਼ਾਹਬਾਦ ਮਾਰਕੰਡਾ ਹੈਗਾ ਜਾਂ ਅਸੀਂ ਉੱਥੋਂ ਲੈ ਕੇ ਆਉਂਦੇ ਹੁੰਦੇ ਸੀ ਉੱਥੇ ਮਿਲ ਜਾਂਦੇ ਬੜੀ ਆਸਾਨੀ ਨਾਲ। ਕਿੰਨੇ ਕਿੰਨੇ ਕੁ ਪੈਸਿਆਂ ਦਾ ਜਿਹੜਾ ਨਸ਼ਾ ਫਿਰ ਖਾ ਪੀ ਗਿਆ? ਮੈਂ ਜੀ 60-70 ਲੱਖ ਰੁਪਏ ਦਾ ਨਸ਼ਾ ਖਾ ਗਿਆ ਹੋਊਂਗਾ ਆਪਣੀ ਲਾਈਫ ਦੇ ਵਿੱਚ ਅਤੇ ਇਸ ਤੋਂ ਬਾਅਦ ਵੀ ਯਾਨੀ ਕਿ ਸਿਲਸਿਲਾ ਇਹੀ ਰਿਹਾ ਸੀਗਾ ਵੀ ਜਿਹੜੇ ਹੁਣ ਜਿਵੇਂ ਗੱਲ ਕਰਕੇ ਡਾ ਵੇਚਣਾ ਹੈ ਨਾ ਉਹ ਤਾਂ ਕਦੇ ਆਪਾਂ ਕਾਊਂਟ ਕੂੰਟ ਹੀ ਨਹੀਂ ਕੀਤੇ ਵੀ ਕਿੰਨੇ ਕਦੇ ਵੇਚੀ ਹੈ ਕਿੰਨੇ ਕਦੇ ਪੀ ਗਏ। ਅਤੇ ਵਿੱਕੀ ਬਾਈ ਘਰ ਦੇ ਹਾਲਾਤ ਪਰਿਵਾਰਕ ਮੈਂਬਰਾਂ ਦੇ ਹਾਲਾਤ ਜਦੋਂ ਕੋਈ ਜਵਾਕ ਨਸ਼ੇੜੀ ਹੋਈ ਹੈ ਨਾ ਕਿਹੋ ਜਿਹੇ? ਘਰਦਿਆਂ ਦੇ ਬਾਈ ਬੜੇ ਹਾਲਾਤ ਮਾੜੇ ਹੋ ਗਏ ਸੀਗੇ ਬਿਆਨ ਕਰਨਾ ਹੀ ਮੁਸ਼ਕਲ ਹੈ ਨਾ ਕੈਮਰੇ ਅੱਗੇ ਵੀ ਮੈਂ ਤਾਂ ਚਲੋ ਨਸ਼ੇ ਦਲਦਲ 'ਚ ਫਸਿਆ ਹੋਇਆ ਸੀਗਾ ਅਤੇ ਮੇਰੇ ਮਾਂ ਪਿਓ ਦੇ ਬੜੇ ਹਾਲਾਤ ਮਾੜੇ ਹੋ ਗਏ ਸੀਗੇ ਪਿਓ ਮੇਰਾ ਸਾਰਾ ਕਰਜ਼ੇ ਡੁੱਬ ਗਿਆ ਸੀਗਾ ਕਰਜ਼ੇ ਡੁੱਬਣ ਕਰਕੇ ਵਿਆਜ ਪੈਂਦਾ ਸੀਗਾ ਤਾਂ ਉਹਨਾਂ ਨੇ ਘਰ ਵੀ ਵੇਚਤਾ। ਮੇਰੀ ਮਾਂ ਦੇ ਹਾਲਾਤ ਬੜੇ ਮਾੜੇ ਹੋ ਗਏ ਸੀਗੇ ਉਹਨਾਂ ਨੇ ਜਿੱਥੇ ਕੁ ਉਹਦੇ ਕਾਂਟੇ ਮਾੜੀ ਮੋਟੀ ਕੋਈ ਸ਼ਾਮ ਛੱਲਾ ਹੁੰਦਾ ਹੈ ਨਾ ਬੁੜੀਆਂ ਕੋਲ ਉਹਨਾਂ ਨੇ ਉਹ ਵੀ ਵੇਚਤਾ ਸੀਗਾ। ਮੇਰੇ ਬਾਪੂ ਦੀ ਇੱਕ ਅੱਧੀ ਚੈਨ ਜੀ ਸੀਗੀ ਸ਼ਾਂਪ ਜੀ ਸੀਗੀ ਉਹ ਰਾਤ ਨੂੰ ਚੋਰੀ ਮੈਂ ਕਰ ਲਈ ਜਾ ਕੇ ਸੁਨਿਆਰੇ ਕੋਲ ਮੈਂ ਵੇਚਿਆ ਆ ਤਾਂ ਐਂਡ 'ਤੇ ਵਿਚਾਰੀ ਮੇਰੀ ਮਾਂ ਨਿੱਕਰਾਂ ਸਿਉਣ ਲੱਗ ਗਈ ਸੀਗੀ ਉਹਦਾ ਰੀਜ਼ਨ ਇਹੀ ਸੀਗਾ ਵੀ ਨਿੱਕਰਾਂ ਸਿਉਣ ਦਾ ਵੀ ਮੇਰਾ ਪੁੱਤ ਨਸ਼ਾ ਕਰਦਾ ਤਾਂ ਵੀ ਮੈਂ ਜਿਹੜੀ ਵੀ ਪੱਟਿਆ ਕਰੂੰਗੀ ਹੈ ਨਾ ਵੀ 100-50 ਤਾਂ ਮੈਂ ਦੇ ਦਿਆ ਕਰੂੰਗਾ ਇਹਨੂੰ ਤਾਂ ਮੈਂ ਜਿੰਨੇ ਇਕੱਠੇ ਹੁੰਦੇ ਸੀਗੇ 2-4 ਦਿਨਾਂ ਤੋਂ ਹੈ ਨਾ ਮੈਂ ਜਾ ਕੇ ਸਿਰਾਣੇ ਬਹਿ ਜਾਂਦਾ ਵੀ ਮੰਮੀ ਦੇ ਪੈਸੇ ਤਾਂ ਵਿਚਾਰੀ ਕੋਲ 200 ਹੁੰਦਾ 500 ਹੁੰਦਾ ਉਹਨੇ ਦੇ ਦੇਣਾ ਮੈਨੂੰ ਬਾਕੀ ਤਾਂ ਦੱਸੇ ਮੈਂ ਕੁਛ ਵੇਚਦਾ ਸੀਗਾ ਕੋਈ ਸਰਕਲ ਇੱਦਾਂ ਦੇ ਨਵੇਂ ਨਵੇਂ ਮੁੰਡੇ ਪੱਟਦਾ ਹੁੰਦਾ ਹੈ ਨਾ ਵੀ ਜਿਹੜੇ ਹਜੇ ਨਵੇਂ ਨਵੇਂ ਲੱਗੇ ਆ ਉਹਨਾਂ ਨੂੰ ਲਾਉਣਾ ਉਹਨਾਂ ਨੂੰ ਲਾਲਚ ਦੇਣਾ ਵੀ ਚਲੋ ਤੁਹਾਨੂੰ ਇਕੱਠੀ ਦਵਾ ਕੇ ਲੈ ਕੇ ਆਉਣਾ ਮੈਂ ਕਿਉਂਕਿ ਮੈਨੂੰ ਅੱਧੇ ਪੰਜਾਬ ਦੇ ਅੱਧੇ ਦਿੱਲੀ ਤੱਕ ਦੇ ਮੇਰਠ ਤੱਕ ਦੇ ਮੈਨੂੰ ਟਿਕਾਣੇ ਪਤਾ ਲੱਗ ਗਿਆ ਸਾਰੇ ਹਰਿਆਣੇ ਦੇ ਟਿਕਾਣੇ ਪਤਾ ਲੱਗ ਗਿਆ ਸੀ ਕਿੱਥੇ ਸਸਤੀ ਮਿਲਦੀ ਹੈ ਕਿੱਥੇ ਵਧੀਆ ਮਿਲਦੀ ਹੈ ਤਾਂ ਸ਼ਹਿਰ ਦੇ ਵਿੱਚ ਇੰਨੇ ਕੁ ਬਦਨਾਮ ਹੋ ਗਏ ਸੀਗੇ ਤਾਂ ਪੁਲਿਸ ਵਾਲੇ ਵੀ 10 ਨੰਬਰੀ 'ਚ ਪਾਤਾ ਸੀ ਨਾ ਕੋਈ ਵੀ ਗੱਲਬਾਤ ਹੋਣੀ ਵੀ ਜਾਓ ਉਹਨੂੰ ਚੱਕ ਲਿਓ ਕਿਉਂਕਿ ਅਸੀਂ 2 ਬੰਦੇ ਇੰਨੇ ਕੁ ਬਦਨਾਮ ਹੋ ਗਏ ਸੀ ਵੀ ਸ਼ਹਿਰ ਦੇ ਵਿੱਚ ਕਹਿਣ ਲੱਗ ਗਏ ਸੀ ਵੀ ਸ਼ਹਿਰ 'ਚ ਸਮੈਕ ਵਾੜਨ ਵਾਲੇ 2 ਬੰਦੇ ਆ ਵੀ ਤੀਜੇ ਬੰਦੇ ਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਸਮੈਕ ਹੁੰਦੀ ਕੀ ਹੈਗੀ ਤਾਂ ਬੜੇ ਘਰ ਦੇ ਕੌਨਸੀਕੁਐਂਸ ਚੱਕਿਆ ਜੀ ਮੇਰੇ ਕਰਕੇ ਹਾਲਾਤ ਮੇਰੇ ਤਾਂ ਸੀਗੇ ਮਾੜੇ ਮਾੜੇ ਤਾਂ ਉਹਨਾਂ ਨੇ ਬੜੀ ਜਿੱਦ ਚੱਕੀ ਹੈਗੀ। ਵਿੱਕੀ ਬਾਈ ਆਪਾਂ ਗੱਲ ਕਰ ਲਈ ਜਿਹੜਾ ਬੰਦਾ ਨਸ਼ਿਆਂ 'ਚ ਪੈ ਜਾਂਦਾ ਕਹਿੰਦੇ ਇਹਨੂੰ ਪਤਾ ਨਹੀਂ ਲੱਗਦਾ ਚੋਰੀਆਂ ਵੀ ਕਰਦਾ ਪੁਲਿਸ ਕੇਸ ਹੋਈ ਜਾਂ ਕੁਛ ਹੋਈ ਜਾਵੇ ਕਹਿੰਦੇ ਆਪਦੀ ਮਸਤੀ 'ਚ ਮਸਤ ਰਹਿੰਦਾ? ਬਿਲਕੁਲ ਬਿਲਕੁਲ ਜੀ ਤਾਂ ਇਹ 'ਚ ਮੇਰੇ ਦਾ ਪਰਸਨਲ ਐਕਸਪੀਰੀਅੰਸ ਨੇ ਗਏ ਮੇਰੇ ਤੋਂ ਹੀ ਪਰਚੇ ਪਏ ਨੇ ਮੇਰੇ 'ਤੇ ਚੋਰੀ ਦਾ ਵੀ ਪਿਆ ਵੀ ਸਮੈਕ ਦਾ ਵੀ ਪਿਆ ਬਟ ਮੈਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਜੀ ਵੀ ਜਿਹੜਾ ਚੋਰੀ ਦਾ ਪਿਆ ਫਿਰ ਕੋਈ ਕੋਈ ਇੱਦਾਂ ਦਾ ਕਰ ਲਿਆ ਸੀ ਕੋਈ ਕੁਛ? ਹਾਂਜੀ ਹਾਂ ਅਤੇ ਚੰਡੀਗੜ੍ਹ ਜਦੋਂ ਮੈਂ ਪੜ੍ਹਦਾ ਸੀਗਾ ਤਾਂ ਮੈਨੂੰ ਕਿਸੇ ਪਾਸਿਓਂ ਕੋਈ ਪੈਸੇ ਦਾ ਸਾਧਨ ਦਿੰਦਾ ਨਹੀਂ ਸੀਗਾ ਵੀ ਮੈਂ ਆਦਿ ਇੰਨਾ ਕੁ ਹੋ ਗਿਆ ਸੀਗਾ ਵੀ ਸਮੈਕ ਦਾ ਹੈ ਨਾ ਤਾਂ ਘਰ ਦੇ ਵੀ ਫੋੜ ਕਰਨੋਂ ਹਟ ਗਏ ਸੀਗੇ ਉੱਥੇ ਮੈਂ ਕਾਰ ਚੋਰੀ ਕਰ ਲਈ ਸੀਗੀ ਜੀ। ਅਤੇ ਕਹਿੰਦੇ ਦੁਕਾਨ ਦੇ ਵਿੱਚੋਂ ਵੀ ਸਮਾਨ ਸਮਾਨ ਆਪਦੀ ਚੋਂ? ਬਿਲਕੁਲ ਹਾਂ ਬਾਪੂ ਢਾਬਾ ਕਰਦਾ ਹੁੰਦਾ ਸੀਗਾ ਜੀ ਅਤੇ ਉਹ ਮਹੀਨੇ ਦਾ ਰਾਸ਼ਨ ਇਕੱਠਾ ਲੈ ਕੇ ਆਉਂਦੇ ਹੁੰਦੇ ਸੀਗੇ ਮੈਂ ਉੱਥੋਂ ਵੀ ਕੀ ਕਰਨਾ ਵੀ ਰਾਤ ਨੂੰ ਗੱਟਾ ਭਰ ਲੈਣਾ ਵੀ ਖੰਡ ਪਾਲੀ ਦਾਲਾਂ ਪਾਲੀਆਂ ਘਿਓ ਪਾਲਿਆ ਚਾਹ ਪੱਤੀ ਪਾਲੀ ਸਵੇਰੇ ਜਿੱਥੇ ਸਮੈਕ ਮਿਲਦੀ ਹੁੰਦੀ ਜਿਹੜੇ ਮਹੱਲੇ ਵਿਹੜੇ 'ਚ ਮੈਂ ਸਵੇਰੇ 4 ਵਜੇ ਮੋਢੇ ਚੱਕਿਆ ਹੁੰਦਾ 20-25 ਕਿਲੋ ਵਜਨ ਜਾ ਕੇ ਉੱਥੇ ਮੈਂ ਦਰਵਾਜ਼ਾ ਖੜਕਾ ਦਿੰਦਾ ਦੁਕਾਨਦਾਰ ਦਾ ਤਾਂ ਉਹ ਕਹਿੰਦਾ ਹਾਂ ਵੀ ਮੈਂ ਕਹਿੰਦਾ ਅੰਕਲ ਸਮਾਨ ਹੈ ਲੈ ਲੈ ਉਹਨੇ ਵੀ ਦੇਖਣਾ ਗੱਟਾ ਭਰਿਆ ਹੋਇਆ ਹੈ ਨਾ ਕਦੇ ਇਹ ਨਹੀਂ ਦੇਖਿਆ ਸੀ ਵੀ ਉਹ 5 ਹਜ਼ਾਰ ਦਾ ਸਮਾਨ ਹੈ ਜਾਂ 2 ਹਜ਼ਾਰ ਦਾ ਜਾਂ 2500 ਦਾ ਆਪਣੀ ਇੱਛਾ ਕਿੰਨੀ ਹੁੰਦੀ ਸੀ 500 ਰੁਪਇਆ ਤਾਂ ਉਹ ਕਹਿੰਦਾ ਵੀ ਮੈਂ 500 ਦਊਂਗਾ ਮੈਂ ਕਹਿੰਦਾ ਦੇ 500 ਵੀ ਮੇਰਾ ਇੱਕ ਵਾਰ ਟਿਕਿਆ ਹੋ ਗਿਆ ਸਵੇਰ ਦਾ ਉਹ ਵੀ ਕਰਦਾ ਰਿਹਾ ਜੀ ਦੁਕਾਨ 'ਤੇ ਖੜ੍ਹਦੇ ਸੀਗੇ ਤਾਂ ਬਾਪੂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਖੜ੍ਹਿਆ ਨਹੀਂ ਜਾਂਦਾ ਸੀਗਾ ਉਹਨੂੰ ਕਹਿੰਦਾ ਜਾ ਘਰ ਜਾ ਕੇ ਰੈਸਟ ਕਰ ਲੈ ਹੈ ਨਾ ਉਹਦੀ ਮਜਬੂਰੀ ਸੀ ਵਿਚਾਰੇ ਦੀ ਇੱਦੂ ਬਾਅਦ ਜਿਹੜੇ ਪੱਟਣੇ ਸ਼ਾਮ ਨੂੰ ਬਾਪੂ ਤੋਂ ਆਉਣ ਤੋਂ ਪਹਿਲਾਂ ਜੇਬ 'ਚ ਪਾ ਕੇ ਨਿਕਲ ਜਾਣਾ ਉਹ ਵੀ ਜਾ ਕੇ ਸਾਰੇ ਸਮੈਕ ਹੀ ਪੀ ਜਾਣੀ ਜੀ। ਵੇਖੀ ਕਿੰਨਾ ਟਾਈਮ ਬਾਈ ਇਸ ਮਾਰੂ ਨਸ਼ਿਆਂ ਦੇ ਦਰਿਆ ਦੇ ਵਿੱਚ ਘੁੰਮੇ ਜਿਹੜੀ ਸਮੈਕ ਆਪਾਂ ਚਿੱਟੇ ਵਗੈਰਾ ਦੀ? ਮੈਂ ਜੀ
12-14 साल रहा है नशे के 12-14 साल लगातार कंटिन्यू किया मैं नशा है बगैर नागे तो जेल के भी यानी कि उत्थे असी मौजूद कर लिया से ना भी पैसे पूसे देते सी उत्थे भी हालात इदा के हो गए तोड़ बड़ी लगती सी रहा नहीं आता सी 10 मिनट भी नक् पकदा बुरे हाल बात आने उल्टियाँ आनी लूज मोशन लग जाने जेल च भी उत्थे जाने जो चक्कर हौलदार हुंदा सी उन्हें कहना भी ले लें यार तू 1000-2000 है ना भी साडा बंदा आऊगा भी आह चीट पा दी तो उदो जेलों च भी जाने के बड़े सानी टपा देंदे सीगे तो उत्थे भी मैं करता रहा जेल च भी नशा करता रहा चंडीगढ़ बरैल जेल कट्टी मैं लुधियाने जेल कट्टी बठिंडा जेल कट्टी बरनाले जेल कट्टी मैं तो उत्थे जेलों च भी लगभग मैं कली बठिंडा जेल छड के उत्थे मैं दिन थोड़े लगे सीगे सारे जेलों च मैं नशा करता रहा जी भी कहिंदे छड़ना ही बहुत औखा भाई कहिंदे तोड़ वगैरह लगती है ना भाई बड़ा औखा जिन्ना कह दिए उन्ना की औखा है पर हुण छड्डिया मैं ना मैनूं इह लगदा बड़ा सौखा है क्योंकि मेरा एक्सपीरियंस हो गया चीज़ का मैं सुनता आता सी है ना भी जिहड़े बंदे ने छड्डिया सीगा भी यार दोस्तों नशा करन नाल मौत हो जाती छड्डन नाल मौत नहीं होंदी तो मेरे नाल दे जो फ्रेंड सर्कल सीगा मेरे नाल ही नशा करते सीगे जिन्हां नाल मैं नशा करना शुरू किया सीगा वह मेरे तो पहला छड्ड चुके सीगे तो वह मैनू बड़ा कहिंदे हुंदे भी यार विक्की तू नशा छड्ड दे है ना भी तेरी माँ कन्नी देख तू होर कन्नी किसे कन्नी देख है ना भी तेरी माँ दे की हालात हो गए भी सुक के जमा है ना हड्डी पिंजर एक होया पैगा भी सूट भी नहीं बचाले खड़ता तेरे करके सूट नहीं कराओ सियान लग गई है ना भी एक भिखारियों नाल वध हालात माड़े ने उहदे तेरे तो माड़े हैगे हैगे ने गे भी जदों आंटी टपदे ने गली विच दी है ना सानूं बड़ा दुख हुंदा हैगा भी की सी की हो गए तो उन्होंने मैनूं एक मैसेज दिता तो कहिंदे भी इत्थे आया कर भी आके शेयर करिया कर तो फिर मैं उत्थे गया उन्होंने मैनूं साथ दिता उस तो बाद मेरी लाइफ शुरू करना आया जी भी कि आम आप देखते हैं कई नौजवान ना मन बना लें नशा छड्डन का पर 2-4 महीने बाद दोबारा फिर स्टार्ट कर देंगे वो की कारण होंगे कारण बिल पावर क्योंकि मेरे नाल बड़े बार होया मैं एक बार मेरे 10-15 बार एक्सपीरियंस होया मैं बड़े बार महीना छड़ता 2 महीने छड़ता सी मैं फिर कोई ना कोई मिल जाता जिहड़े बंदे नशा करते जो मिल जाते वो मैं कह देंगे किधर मैं कहना छड्डिया होया है ना दिमाग मैंने फिर पट्टी पढ़ा दिता भी पुछता सी इन्हों भी नशा कितने मिलता है कैसे जहाँ मिलता है ना मैं कह देंगे यार असं नशा कर चले हैं ज लैके आने तो मैं भी उन्होंने कहना चलो यार मैं भी चल लिया कोले बह जूँगा जो कोले बह जाते फिर पैर भर च आ जाते जी ये एको ही हल है भी जेड़े तुम नशा छड़ना है जेड़े थोड़े नाल की संगत नशा कर रही है पहला उन्होंने साथ छड़ना पेगा उन्होंने माड़े बंद का साथ छड़ना पेगा थोनों उन्होंने जोड़े फोन लिस्ट है वो सारी डिलीट करनी पेगी चाहे सिम भी तोड़ दो नव सिम ले लो तो कि 100 रुपया सिम मिल जाता है जोड़े बंदे हूँ छड़े वा जिन्होंने समाज के सेवा कर रहे हैं गे उन्होंने संगत जाना पेगा सूँ भी कि ज्यादा आता कितों है भाई समाज से जो चिट्टा है पंजाब तो अलावा बहरों आता कितों बई बहरों भी आई जाता है मेरे होंगे तो यानी कि लगभग सारा नशा जरा हरियाणे ही आता हरियाणे ज़्यादा सके हरियाणे वाले पता नहीं कितों लैके आते सके हूँ जिमें सुनते हैं हूँ तो अपन पता ही नहीं बई 10-12 साल आप हो गए ये लाइन चो निकले न कोई कहना जी पाकिस्तान तो आता कोई कहना अफगानिस्तान तो आता पर मैनू नहीं लगता जी पाकिस्तान अफगानिस्तान तो आता इतने बई जो बड़े पैडलर तैयार करी जाते हैं क्योंकि मैं भी नशा किया इन्ना चर नशे नाल कदे इन्नी मौत नहीं होंगी जिहड़ा नशा नशा नहीं है कैमिकल है जहर है तो मे भी मैनू नहीं लगता भी बाहरों आता होगा इतने अग सभा बेची जाते बई जिन्हें करके जूथ मरी जाता है देखिए भाई इस दरिया चो निकलना बहुत औखा है तो फिर किमें मन पूरा जो पक्का मन किमें बनाया किमें हुई शुरुआत छड्डन एक तो जी मैं पहला भी 3-4 इंटरव्यू हो मेरे उन्होंने भी कह चुकया मैं भी एक तो मैं फिजिकली बिल्कुल डेड हो गया भी बिल्कुल सुक गया मेरे अंदर बॉडी फंक्शन जो लीवर किडनी होंगे है ना मेरा लीवर बड़ा डैमेज हो गया एडमिट होया मैं 12-15 दिन एडमिट रहा उतों थोड़ा जहा मैं होया बाकी जिमें सू इस इंटरव्यू कह के हटे मेरे नाल दे सर्कल के 8-10 बंद ने छड़िया नशा उन्होंने मैं हौसला बजाई दी भी यार असी कर सकते हैं तू क्यों नहीं कर सकता कई तो उन्होंने चाहे जी जे मेरे बाद नशा कर लगे थे तो उन्होंने छड़िया 1-2 साल हो गया फिर मैं उन्होंने गल सुनी भी कहें की ने उतों मैं उन्होंने फॉलो करना शुरू करता तो मैं पता ही नहीं लगे जी मैं कद 1 महीना 2 महीने 6 महीने 1-2 साल 5 साल हो गए किन्ने टाइम से बॉडी पूरी जान फिट होगी छड्डन तो बाद छड्डन तो बाद जी मैं 2-3 साल यानी कि इदा ही है ना मैं जो साडे मैंबर ने गए उन्होंने मैं जो साडे सैलीब्रेशन होंगे ने जो साडे प्रोग्राम होंगे मैं उत्थे जांदा सी सारा एक्सपीरियंस होंदा सीगा फिर मैं 2.5-3 साल बाद भी आपदी जो पुरानी
मेरी गेम सी वो बारे कम थॉट आ गया भी यार गेम करते रहे हैं क्यों ना दोबारे ट्राई किया जाए है ना भी जो नशा छटता तो शायद मे भी मैं दोबारे ये भी कर सकता गा तो मैं दोबारे अपनी फील्ड आ गया जी है मैं तीन साढ़े तीन साल हो गए हूँ इस दोबारे गेम के मैं फील्ड चा मैं अब जिम का ओनर भी हाँ मैं जिम भी अपना खोल लिया बड़े यूथ में मैं मोटीवेशन करता है ना भी यार नशा ना करो जिम आओ बथेरे बच्चे ने मेरे को जिम चलना आके कद मैं नहीं होंगे उन्होंने पूछ सकते हो भी जोड़े बंद अफोर्ड नहीं करते मैं उन्होंने फीस भी नहीं लगा भी बे नशा ना करो तुम जिम कर लो फीस नहीं है कि ना दो कोई चक्कर नहीं मैं तो इतक भी कह रहा यार किसी डाइट की प्रॉब्लम है डाइट भी मैं अवेलेबल करा दिना भी तुम सेहत बनाओ खुश रहो भाई आप गेम की गल की है कहते गेम एक यह चीज़ है जी नशे के पिछों बंद बहर कड़ सकती है बिल्कुल बिल्कुल ये दोनों कारण ने भैया ये नशे के लै भी जा सकती है गेम कड़ भी सकती है ना पहला मैं गेम ही नशे लैके गई सी और गेम ने ही नशे मैं बाहर कटे कारण की सी भाई कि पहला ये कारण से भाई मैं गलत गाइड किया गया भी आप अफीम या शीशी पी के अपन एनर्जी मिलती है ना तो मैं अफीम शीशी दस मैं पीन लग गया खाने लग गया तो मेरी बॉडी में एक अलग एनर्जी मिलने लग गई तो मैं नशा शुरू हो गया पर जो मैं दोबारा फील्ड आया मैं पता लगे भी इजा का मतलब ही है नहीं गा भी सूँ इदा ही थोड़ी बॉडी बथेरी एनर्जी हैगी है बथेरे मार्केट में सप्लीमेंट आते हैं तुम वह भी यूज़ कर सकते हो नहीं करना डाइट है थोड़े को डाइट खाओ तो दुनिया के हज़ार अथलीट ने हज़ार पहलवान ने कुश्ती वाले मुंडे है कबड्डी वाले मुंडे है हरेक नशा तो नहीं करता जी तो जो मुंडे भाई जिम लाते हैं कहते उन्होंने भी जो पाउडर वगैरह आता वो भी कुछ कई ऐसी क्वालिटियाँ में नशा है नहीं नहीं ये गलत धारनावान है गलत अफवाह फैलाई हुई भी इन्हें नशा है ना तो किसी पाउडर च नशा जी ना किसी गोली कैप्सूल च नशा है वो एक चीज़ है जिन्होंने आप स्टीरॉयड कह दें है ना उस भी नशा नहीं है गा बट वो की एक ऑयल है वो बॉडी जाता जो एक बॉडी अलग लैवल की एनर्जी दे देता वो सिर्फ वो बंदे यूज़ कर रहे जिन्होंने स्टेज वगैरह करनी है जिन्होंने कंपीटिशन वगैरह करनी है अंडर गाइडलाइन डॉक्टर के अंडर वो लेंदे ने गए बट उस नशा कोई नहीं गा तो हम कि टाइम हो गया भाई छड़े पूरा मैं पूरा छड़े जी 8 साल हो गए 8वां साल चली जाता तो किन्ने एक नौजवान ने जोड़े उदू बाद फिर खिंच लिया इस दरिया के बहर मेरी नॉलेज मानसा मानसा जी घट्टो घट्ट है भी 150 बंदा है जेडे असी दल दल तो निकले हैं है ना किसी दिन तुम आयो शाम मेरे जिम च सवेरे आयो 12 तो 15 मुंडे तो जिम च ही आते हैं गे जे दल दल चो निकले ने गे अज वधिया समाज के इज्जत उन्होंने वधिया फिजिकली फिट ने गे फाइनैशियली फिट ने गे तो जिहड़े हजे भी डुबे हुए ने इस दरिया के दल दल के फसे हुए ने उन्होंने कढ़न वास्ते आप उपराला कर रहे हैं तो की कहना चाहते हैं उन्होंने उपराला तो है भी बई पंजाब दे विच बड़ा यूथ है जिन्होंने नशा छड़ता है ना भी तुसीं अदर शहर जाओगे मैं हरेक शहर का नाम गिना सकदा उत्थे नंबर दे सकदा जो साडी संस्था हैगी है हरेक उत्थे मीटिंग लगती है तो उन्हां नाल जुड़ो वीरे तो सोडा भी नशा छुट जूगा एड्डी कोई समस्या नहीं हैगी जिड्डा आपां हौआ बनाया होया है भी नशा नहीं छुटदा तो कुछ भी हो सकता इंग्लिश कहिंदे आ ना भी इंपॉसीबल इंपॉसीबल कुछ नहीं है सब कुछ पॉसीबल है जो बंदा करना चाहे तो साड़िया सरकार जो नशा छुड़ाऊ केंद्र भी खोले हुए हैं होर भी जो हीले वसीले वरतदिया रहनी है भी नौजवानों नशे चो बहर कढ़िया जाए कि वो नौजवानों लिए सहाई होंगे ने जो सरकार स्कीम नहीं नहीं बिल्कुल नहीं जी वो मैं भी देखे मैं कट्टे भी ने सेंटर ना वो उत्तर सहूलत ही है नहीं कोई जो जो सरकार उपराले कर रही है सिर्फ कागजी कार्रवाई है कल होर कुछ नहीं है वो ये सिर्फ एक अडिक्ट जो अमली है ना वो दिमाग की गल है जब तक वो दिमाग नहीं छड़ना चाहेगा तुम जिन्ना मर्जी जोर ला लो चाहे घर के ला लैन चाहे सरकार ला ले चाहे पुलिस ला ले नहीं छड़ सकता मैनू बथेरा जोर लाया घरदे ने मैनू 15 बार तो सेंटर से भेजता होगा मैं नहीं छड़िया जब मेरे मन लगे भी हाँ यार छड़ना चाहिए बेदो बाद मेरी मौत है मैं फिर छड़िया जी तो यह है भी जोड़े हूँ नौजवान ने है ना उन्होंने को बड़ा सुनहरी मौका है भी सारे पंजाब दे विच यूथ बड़ा नशा छड़ रहा है क्योंकि उन्होंने पता लग रहा है भी जोड़े मुंडे ने नशा छड़े है तुसी मेरे इंटरव्यू कर रहे हो मेरिया पहला हो चुकी हैं 5-7 इंटरव्यू है ना तो देख रहे एक्सपीरियंस सुन रहे हैं वो भाई कुछ सियासी पार्टियां खस खस की खेती की मंग अजे भी करी जाती देखो जी ये हूँ कि मैं विचार पेश करा आपते है ना सियासी पार्टियां ने वोटा लैनिया ने वो आपदे सियासी रोटियां सेकने लिए कुछ भी कह सकते हैं पर असी गल कहने भी नशा नशा है जी चाहे वह खस खस है चाहे दारू है एग्जाम्पल तौर पर हम एक दारू है
दारू एक बंदा शाम को पींदा दो पैग लाउंदा सोशल ड्रिंकर है सोनू मैं भी बंदे आए दिखा दिना जो सवेरे डक लेंदे ने नालियां डिगदे फिरदे ने गे उन्हां दे लीवर खत्म ने गे उन्हां दी मौत हो जाती है ठेके फिर भी खुले हुए जी फिर कड़ा दारू बंद करती ਵਿੱਕੀ ਜਿਵੇਂ ਨਾ ਤੁਸੀਂ ਬਾਈ ਇਸ ਦਲਦਲ 'ਚੋਂ ਨਿਕਲ ਕੇ ਹੁਣ ਹੋਰ ਨੌਜਵਾਨਾਂ ਨੂੰ ਕੱਢਣ ਦਾ ਇੱਕ ਤਹੱਈਆ ਕੀਤਾ ਹੋਇਆ ਜੇ ਸਰਕਾਰ ਤੁਹਾਡੀ ਬਾਂਹ ਫੜੇ ਤੁਹਾਡੀ ਮਦਦ ਕਰੇ ਤਾਂ ਲੱਗਦਾ ਨਹੀਂ ਵੀ ਜਿਹੜੇ ਬਹੁਤ ਨੌਜਵਾਨ ਉਹਨਾਂ ਨੂੰ ਆਪਾਂ ਸਿੱਧੇ ਰਸਤੇ ਲਿਆ ਸਕਦੇ ਹਾਂ ਬਿਲਕੁਲ ਬਿਲਕੁਲ ਜੀ ਇਹ ਕਿਉਂ ਨਹੀਂ ਹੋ ਸਕਦਾ ਗਾ ਸਰਕਾਰ ਹੈ ਹੈ ਨਾ ਸਰਕਾਰ ਕੁਛ ਵੀ ਕਰ ਸਕਦੀ ਹੈ ਬਟ ਇਹ ਵੀ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਇਹ ਚੀਜ਼ਾਂ 'ਚੋਂ ਜੂਸ ਨਿਕਲੇ ਅੱਧੀ ਆਮਦਨ ਤਾਂ ਸਰਕਾਰਾਂ ਨੂੰ ਇਹਨਾਂ ਤੋਂ ਹੋ ਜਾਂਦੀ ਹੈਗੀ ਉਹਨਾਂ ਜਿਹੜੇ ਵੱਡੇ ਪੈਲਰ ਨੇਗੇ ਇਹਨਾਂ ਨੂੰ ਕਮਿਸ਼ਨ ਕੱਟ ਭੇਜੀ ਜਾਂਦੇ ਨੇਗੇ ਦੇ ਜਾਂਦੇ ਨੇਗੇ ਨਹੀਂ ਇਹੋ ਜਿਹੀ ਕੀ ਚੀਜ਼ ਹੈ ਵੀ ਸਰਕਾਰ ਨਹੀਂ ਕਰ ਸਕਦੀ ਸਰਕਾਰ ਚਾਹੇ ਤਾਂ ਕੁਛ ਵੀ ਕਰ ਸਕਦੀ ਹੈ ਸਾਡੇ ਨਾਲ ਜੁੜੇ ਵੀ ਸਰਕਾਰ ਜੁੜੀ ਸੀਗੀ ਹੈ ਨਾ ਸਾਡੇ ਨਾਲ ਦੇ ਮੇਰੇ ਦੋਸਤ ਨੇ ਮੈਂਬਰ ਨੇ ਜੇਲ੍ਹਾਂ 'ਚ ਐੱਚ ਐਂਡ ਆਈ ਕਰਨ ਜਾਂਦੇ ਸੀ ਮੈਸੇਜ ਦੇਣ ਜਾਂਦੇ ਸੀ ਸਾਡੇ ਸੰਸਥਾ ਦਾ ਇੱਦਾਂ ਕਰਕੇ ਇੱਕ ਨਾਂ ਦੀ ਕੋਈ ਸੰਸਥਾ ਹੈਗੀ ਹੈ ਤੁਸੀਂ ਉੱਥੇ ਆਓ ਹੈ ਨਾ ਉਹ 'ਚ ਆ ਕੇ ਸ਼ੇਅਰ ਕਰੋ ਤਾਂ ਬਸ ਉਹ ਕਾਗਜ਼ੀ ਕਾਰਵਾਈ ਹੈ ਹੋਰ ਕੁਛ ਨਹੀਂ ਹੈਗਾ ਬਿਲਕੁਲ ਨਹੀਂ ਜਿਵੇਂ ਹੁਣ ਉਹਨਾਂ ਦਾ ਕਹਿਣਾ ਨਾ ਜਿਹੜੀ ਖਸਖਸ ਦੀ ਖੇਤੀ ਹੈ ਕਹਿੰਦੇ ਨਾ ਬੰਦਾ ਮਰਦਾ ਨਹੀਂ ਜਿਹੜੇ ਮਾਰੂ ਨਸ਼ੇ ਨੇ ਕਿ ਇਹਨਾਂ ਤੋਂ ਖੜਾ ਛੁੱਟ ਜੂਗਾ ਜੇ ਲੋਕ ਇੱਧਰ ਲੱਗ ਜਾਣ ਉਹਨਾਂ ਦਾ ਕਹਿਣਾ ਹੈ ਗੱਲ ਉਹੀ ਫੇਰ ਆ ਗਈ ਜੀ ਵੀ ਮਾਰੂ ਨਸ਼ੇ ਜਾਂ ਖਸਖਸ ਹੈ ਨਾ ਵੀ ਜਿਹੜਾ ਮਾਰੂ ਨਸ਼ੇ ਉਹ ਪਾਉਂਦੀ ਇਹਨਾਂ ਤੋਂ ਨਹੀਂ ਜੀ ਹੁਣ ਤੁਸੀਂ ਮੈਡੀਕਲ ਨਾਲੋਂ ਤੁਸੀਂ ਹਰੇਕ ਦੇ ਵਿੱਚ ਅਫੀਮ ਪੈਂਦੀ ਹੈ ਜਿਹੜੀ ਸਮੈਕ ਚਿੱਟਾ ਪਾਉਂਦੀ ਅਫੀਮ ਤੋਂ ਪਾਉਂਦੀ ਹੈ ਇੱਥੇ ਹੁੰਦਾ ਤਿਆਰ ਤਾਂ ਇੱਥੇ ਹੀ ਹੁੰਦਾ ਜੀ ਇੱਥੇ ਤਿਆਰ ਹੋਣ ਲਈ ਚਾਰ ਬਲੈਕ ਹੀ ਹੋਰ ਖੜੇ ਹੋਣਗੇ ਪੈਰਲਰ ਹੋਣਗੇ ਹੁਣ ਕੈਮੀਕਲ ਲਿਆ ਕੇ ਬਾਹਰੋਂ ਤਿਆਰ ਕਰਨ ਲੱਗ ਜਾਣਗੇ ਜੀ ਹੋਰ ਬੇੜਾ ਗਰਕ ਹੋ ਜਾਣਾ ਪੰਜਾਬ ਦਾ ਤਾਂ ਜਿਹੜਾ ਹੁਣ ਲੁਕ ਛਿਪ ਕੇ ਚੱਲਦਾ ਸ਼ਰੇਆਮ ਹੋ ਸ਼ਰੇਆਮ ਹੋ ਜੂਗਾ ਅਤੇ ਮੇਰਾ ਤਾਂ ਇਹੀ ਹੈ ਵੀ ਜੋ ਖੇਤੀ ਖੁਤੀ ਹੈ ਇਹਨੂੰ ਬੰਦ ਹੀ ਕੀਤਾ ਜਾਵੇ ਜੇ ਤੱਕ ਹੋ ਸਕਦਾ ਤਾਂ ਲਗਾਮ ਹੀ ਲਾਈ ਜਾਵੇ ਇਸ ਨੂੰ ਮੇਰੇ ਤਾਂ ਇਹ ਵੀ ਹੁਣ ਇਹ ਵਿਚਾਰ ਨੇਗੇ ਯੂਥ ਨੂੰ ਇਹੀ ਕਹਿਣਾ ਚਾਹੂੰਗਾ ਵੀ ਨਸ਼ਾ ਛੱਡੋ ਯਾਰ ਹੈ ਨਾ ਜ਼ਿੰਦਗੀ ਬੜੀ ਸੋਹਣੀ ਹੈ ਰੰਗਲੀ ਦੁਨੀਆ ਹੈਗੀ ਬਹੁਤ ਕੁਛ ਪਿਆ ਦੁਨੀਆ ਦੇਖਣ ਨੂੰ ਹੈ ਨਾ ਨਜ਼ਾਰੇ ਲਓ ਅਤੇ ਹੁਣ ਬਾਈ ਕਦੇ ਕਦੇ ਗਲਤੀ ਦਾ ਅਹਿਸਾਸ ਜਾਂ ਤਾਂ ਹੁੰਦਾ ਹੋਊ ਯਾਰ ਕਿੱਧਰ ਤੁਰ ਪਏ ਸੀਗੇ ਹੈ ਨਾ ਬੜੇ ਵਾਰ ਬਾਈ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਮੈਨੂੰ ਕਈ ਵਾਰੀ ਮੈਂ ਇਕੱਲਾ ਪਿਆ ਹੁਣ ਥੋਟ ਆਉਣ ਲੱਗ ਜਾਂਦੇ ਰਾਤ ਨੂੰ ਮੈਂ ਨਾ ਪਿਆ ਦਿਨੇ ਪਿਆ ਕਈ ਵਾਰੀ ਜਾਂ ਜੇ ਬੈਠਾ ਤੁਹਾਨੂੰ ਗੱਲ ਕਰੀ ਜਾਂਦਾ ਤਾਂ ਪੁਰਾਣੀਆਂ ਚੀਜ਼ਾਂ ਯਾਦ ਆਉਂਦੀਆਂ ਨੇਗੀਆਂ ਵੀ ਕੀ ਕੁਛ ਕੀਤਾ ਮੈਂ ਲਾਈਫ 'ਚ ਹੈ ਨਾ ਉਦੋਂ ਦਾ ਵੀ ਕਿਰਾਇਆ ਸਿਰਫ ਨਸ਼ੇ ਨਹੀਂ ਸੀਗਾ ਕਿਉਂਕਿ ਇੱਕ ਇਨਸਾਨ ਹੈ ਕੋਈ ਵੀ ਹੈ ਨਾ ਤਾਂ ਕਹਿੰਦੇ ਵੀ ਮਾੜੇ ਬੰਦੇ 'ਚ ਵੀ ਕੌਣ ਕੋਈ ਚੰਗਾ ਹੁੰਦਾ ਹੈ ਨਾ ਉਹ ਹੈ ਵੀ ਭਰਾਵਾ ਕੋਈ ਚੰਗੇ ਕਰਮ ਕੀਤੇ ਸੀਗੇ ਅਤੇ ਜਿਹਦੇ ਕਰਕੇ ਵਾਪਸੀ ਹੋ ਗਈ ਪਰਮਾਤਮਾ ਨੇ ਉਹ ਦਲਦਲ 'ਚੋਂ ਕੱਢ ਲਿਆ ਮੇਰੇ ਦੋਸਤ ਨੇ ਜਿਹਨਾਂ ਮੈਂ ਨਾਲ ਰਹਿੰਦਾ ਵਾਰੀ ਵਾਰੀ ਮੇਰੇ ਲਈ ਤਾਂ ਉਹੀ ਰੱਬ ਨੇ ਹੈ ਨਾ ਕਹਿੰਦੇ ਵੀ ਕਿਸੇ ਨੇ ਪਰਮਾਤਮਾ ਨਹੀਂ ਦੇਖਿਆ ਪਰ ਮੈਂ ਕਹਿੰਦਾ ਵੀ ਮੈਂ ਦੇਖਿਆ ਕਿਉਂਕਿ ਅਸੀਂ ਕਹਿੰਦੇ ਨਾ ਗੋਡ ਦੀ ਡੈਫੀਨੇਸ਼ਨ ਕੀ ਹੈ ਮੈਨੂੰ ਸਿਖਾਇਆ ਗਿਆ ਸੀਗਾ ਗੋਡ ਦੀ ਜੀ ਮੀਨਸ ਗੁੱਡ ਓ ਮੀਨਸ ਓਰਡਰਲੀ ਡੀ ਮੀਨਸ ਡਾਇਰੈਕਸ਼ਨ ਸਹੀ ਦਿਸ਼ਾ ਨਿਰਦੇਸ਼ ਜਿਹੜਾ ਮੈਨੂੰ ਸਹੀ ਦਿਸ਼ਾ ਨਿਰਦੇਸ਼ ਦੇ ਰਿਹਾ ਮੇਰੇ ਲਈ ਉਹੀ ਪਰਮਾਤਮਾ ਹੈ ਤਾਂ ਮੇਰੀ ਲਾਈਫ ਦੇ ਵਿੱਚ ਪੰਜ ਚਾਰ ਮੇਰੇ ਦੋਸਤ ਇਹੋ ਜਿਹੇ ਹੈ ਜਿਨ੍ਹਾਂ ਨੇ ਮੈਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੀ ਮੇਰੇ ਲਈ ਉਹੀ ਰੱਬ ਹੈ ਜੀ ਬਿਲਕੁਲ ਜੀ ਜਿਵੇਂ ਬਾਈ ਵਿੱਕੀ ਨੇ ਦੱਸਿਆ ਹੈਗਾ ਕਿ ਜੇਕਰ ਖਸ ਖਸ ਦੀ ਖੇਤੀ ਦੀ ਮੰਗ ਕਰਦੀਆਂ ਨੇ ਸਾਡੀਆਂ ਕੋਈ ਸਿਆਸੀ ਪਾਰਟੀਆਂ ਕਹਿੰਦੇ ਬਿਲਕੁਲ ਜਿਹੜੇ ਮਾਰੂ ਨਸ਼ੇ ਨੇ ਆਖਿਰ ਖਸ ਖਸ ਦੀ ਖੇਤੀ ਹੈ ਜਿਹੜੀ ਉਹ ਤੋਂ ਹੀ ਪੈਦਾ ਹੁੰਦੇ ਨੇਗੇ ਇਸ ਲਈ ਇਹਨਾਂ ਦਾ ਤਾਂ ਕਹਿਣਾ ਹੈਗਾ ਕਿ ਬਿਲਕੁਲ ਖਸ ਖਸ ਦੀ ਖੇਤੀ ਹੋਵੇ ਜਾਂ ਹੋਰ ਹੋਵੇ ਨਸ਼ਿਆਂ ਨਾਲ ਸੰਬੰਧਿਤ ਕੋਈ ਖੇਤੀ ਪੰਜਾਬ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ ਅਤੇ ਇਹ ਬਾਈ ਵਿੱਕੀ ਇੱਕ ਇਹੋ ਜਿਹਾ ਨੌਜਵਾਨ ਹੈ ਜਿਹੜਾ ਖੁਦ ਵੀ ਇਸ ਦਲਦਲ ਦੇ ਵਿੱਚੋਂ ਨਿਕਲਿਆ ਅਤੇ ਸੈਂਕੜੇ ਹੋਰ ਨੌਜਵਾਨਾਂ ਨੂੰ ਵੀ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਖਿੱਚ ਕੇ ਬਾਹਰ ਲਿਆਇਆ ਅਤੇ ਹੁਣ ਵੀ ਤਹੱਈਆ ਕੀਤਾ ਹੋਇਆ ਵੀ ਜਿੰਨੇ ਵੀ ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਲਿਆ ਸਕੇ ਜਿੰਨੇ ਵੀ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਦੇ ਵਿੱਚੋਂ ਕੱਢ ਸਕੇ ਉਹਨਾਂ ਨੂੰ ਕੱਢ ਕੇ ਰਹਾਂਗੇ ਜਗਦੀਸ਼ ਬਾਂਸਲ ਸਕਰੋਲ ਪੰਜਾਬ ਮਾਨਸਾ